ਅੱਜ ਅਸੀਂ ਟੌਪਿਕ ਵੈਨ ਡਾਇਗ੍ਰਾਮ ਟਾਈਪ ਨੰਬਰ 7 ਕਰਨੀ ਹੈ। 7 ਕੀ ਹੈ? ਸਮ 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 ਮਤਲਬ ਕੁਛ ਕੁਛ ਸਾਰਿਆਂ ਦਾ, ਸਾਰਿਆਂ ਦਾ ਕੁਛ ਕੁਛ ਹਿੱਸਾ। ਇਸ ਨੂੰ ਐਕਸਪਲੇਨ ਕਰਦੇ ਹਾਂ ਇੱਕ ਐਗਜ਼ਾਮਪਲ ਨਾਲ। ਪਹਿਲੇ ਨੰਬਰ ਤੇ ਲਿਖਿਆ ਇੰਡੀਅਨਸ ਮਤਲਬ ਅਸੀਂ ਭਾਰਤੀ ਲੋਕ। ਦੂਜੇ ਨੰਬਰ ਤੇ ਲਿਖਿਆ ਟੀਚਰਸ, ਜਿਵੇਂ ਕਿ ਮੈਂ ਇੱਕ ਟੀਚਰ ਹਾਂ ਤਾਂ ਮੈਂ ਭਾਰਤੀ ਵੀ ਹੈ ਟੀਚਰ ਵੀ ਹੈ। ਤੀਜੇ ਤੇ ਹੈ ਸਿੰਗਰ, ਯਾਨੀ ਕਿ ਜਿਹੜੇ ਸਿੰਗ ਕਰਦੇ ਗਾਣਾ ਗਾਉਂਦੇ, ਉਹ ਮੈਂ ਨਹੀਂ ਹੈ, ਠੀਕ ਹੈ ਜੀ। ਲੇਕਿਨ ਆਪਾਂ ਇਹ ਤਿੰਨਾਂ ਦੇ ਹਿਸਾਬ ਨਾਲ ਵੈਨ ਡਾਇਗ੍ਰਾਮ ਬਣਾਉਣੇ, ਠੀਕ ਹੈ। ਹੁਣ ਪਹਿਲਾਂ ਇੰਡੀਅਨਸ ਹੈ ਤਾਂ ਇੱਕ ਸਰਕਲ ਬਣਾ ਤਾ 1 ਨੰਬਰ ਦਾ ਇੰਡੀਅਨਸ ਦਾ। ਦੂਜੇ ਟੀਚਰਸ, ਜਿਵੇਂ ਕਿ ਮੈਂ ਆਪਣੀ ਐਗਜ਼ਾਮਪਲ ਲਵਾਂ ਤਾਂ ਮੈਂ ਇੱਕ ਭਾਰਤੀ ਵੀ ਹੈ ਤੇ ਟੀਚਰ ਵੀ ਹੈ, ਠੀਕ ਹੈ। ਤਾਂ ਮੈਂ ਉਹ ਇਨਸਾਨ ਹੈ ਜਿਹੜੀ ਦੋਵੇਂ ਹੈ, ਭਾਰਤੀ ਵੀ ਹੈ ਤੇ ਅਧਿਆਪਕ ਵੀ ਹੈ। ਪਰ ਜ਼ਰੂਰੀ ਤਾਂ ਨਹੀਂ ਕਿ ਸਾਰੇ ਇੰਡੀਆ ਦੇ ਲੋਕ ਸਾਰੇ ਭਾਰਤੀ ਟੀਚਰਸ ਹੈ, ਨਹੀਂ। ਉਵੇਂ ਉਲਟ ਦੇਖੀਏ ਕਿ ਸਾਰੇ ਟੀਚਰਸ ਭਾਰਤੀ ਨਹੀਂ ਹੈ, ਦੂਜੇ ਦੇਸ਼ਾਂ ਦੇ ਲੋਕ ਵੀ ਟੀਚਰਸ ਹੈਗੇ ਹੈ। ਤਾਂ ਇੱਥੋਂ ਕੀ ਆਪਾਂ ਨਿਸ਼ਕਰਸ਼ ਕੱਢਦੇ ਹਾਂ, ਕੀ ਰਿਜ਼ਲਟ ਕੱਢਦੇ ਹਾਂ ਕਿ ਦੋਵਾਂ 'ਚ ਕੁਛ ਪਰਸੈਂਟੇਜ ਕਾਮਨ ਹੈ। ਤਾਂ ਕੁਛ ਨੂੰ ਆਪਾਂ ਕਿਵੇਂ ਦਿਖਾਉਂਦੇ ਹਾਂ? ਦੋਨਾਂ ਦੀ ਕਾਮਨ ਇੰਟਰਸੈਕਸ਼ਨ ਮਤਲਬ ਕੁਛ ਹਿੱਸਾ ਕਾਮਨ ਰੱਖ ਕੇ, ਠੀਕ ਹੈ। ਹੁਣ ਤੀਜੇ ਸਿੰਗਰਸ ਦਾ ਸਰਕਲ ਬਣਾਉਣਾ, ਪਰ ਉਹਦਾ ਸਰਕਲ ਬਣਾਉਣ ਤੋਂ ਪਹਿਲਾਂ ਆਪਾਂ ਦੋਵਾਂ ਨਾਲ ਰਿਸ਼ਤਾ ਦੇਖੀਏ, ਤਾਂ ਹੀ ਆਪਾਂ ਸੋਚ ਸਕਾਂਗੇ ਕਿ ਕਿੱਦਾਂ ਦਾ ਸਰਕਲ ਬਣਾਉਣਾ ਹੈ ਨਾ। ਪਹਿਲਾਂ ਸਿੰਗਰਸ ਦਾ ਇੰਡੀਅਨਸ ਨਾਲ ਦੇਖੀਏ। ਕੁਛ ਲੋਕ ਭਾਰਤੀ ਏਦਾਂ ਦੇ ਹੈਗੇ ਹੈ ਜਿਹੜੇ ਸਿੰਗਰਸ ਹੈ, ਜਿਵੇਂ ਆਪਣੇ ਬਾਲੀਵੁੱਡ ਦੇ ਫੇਮਸ ਸਿੰਗਰਸ ਹੈ ਜੋ ਕਿ ਭਾਰਤੀ ਵੀ ਹੈ ਤੇ ਸਿੰਗਰਸ ਵੀ ਹੈ। ਪਰ ਸਾਰੇ ਭਾਰਤੀ ਲੋਕ ਸਿੰਗਰਸ ਨਹੀਂ ਹੈ। ਤਾਂ ਇੰਡੀਅਨਸ ਤੇ ਸਿੰਗਰਸ ਦਾ ਕੁਛ ਕੁਛ ਆਪਾਂ ਕਾਮਨ ਹਿੱਸਾ ਹੈਗਾ, ਕੁਛ ਏਦਾਂ ਦੇ ਲੋਕ ਹੈ, ਕੁਛ ਪਰਸੈਂਟੇਜ ਹੈ ਜਿਹੜੇ ਭਾਰਤੀ ਵੀ ਹੈ ਤੇ ਸਿੰਗਰਸ ਵੀ ਹੈ। ਯਾਨੀ ਕਿ 1 ਨੰਬਰ ਤੇ 3 ਨੰਬਰ ਦਾ ਕੁਛ ਹਿੱਸਾ ਏਦਾਂ ਦਾ ਆਊਗਾ, ਠੀਕ ਹੈ। ਉਵੇਂ ਹੁਣ ਸਿੰਗਰਸ ਦਾ ਟੀਚਰਸ ਨਾਲ ਵੀ ਏਦਾਂ ਦਾ ਹੀ ਹੈ ਕਿ ਕੁਛ ਅਧਿਆਪਕ ਏਦਾਂ ਦੇ ਹੈਗੇ ਹੈ ਜਿਹੜੇ ਗਾਉਂਦੇ ਵੀ ਹੈ, ਜ਼ਰੂਰੀ ਨਹੀਂ ਸਿਰਫ ਪ੍ਰੋਫੈਸ਼ਨਲ ਗਾਉਂਦੇ ਹੋਣ, ਉਹ ਵੀ ਆਪਣੇ ਸ਼ੌਕ ਲਈ ਹੋਬੀ ਲਈ ਗਾਉਂਦੇ ਆ, ਪਰ ਹੈ ਤਾਂ ਉਹਨਾਂ ਨੂੰ ਸਿੰਗਰਸ ਕਵਾਂਗੇ। ਸਿੰਗਰ ਦਾ ਮਤਲਬ ਕੀ ਹੁੰਦਾ? ਸਿੰਪਲ ਗਾਉਣ ਵਾਲਾ। ਇਸ ਦੁਨੀਆਂ ਦੇ ਸਾਰੇ ਟੀਚਰਸ ਗਾਉਂਦੇ ਹੋਣ? ਇਹ ਵੀ ਨਹੀਂ ਪੋਸੀਬਲ। ਮੈਂ ਏਦਾਂ ਦੀ ਉਦਾਹਰਨ ਹੈਗੀ ਹੈ, ਮੈਂ ਟੀਚਰ ਹਾਂ ਪਰ ਮੈਂ ਗਾਉਂਦੀ ਨਹੀਂ ਹੈਗੀ। ਉਵੇਂ ਸਾਰੇ ਸਿੰਗਰਸ ਦੁਨੀਆਂ ਦੇ ਟੀਚਰਸ ਹੋਣ? ਇਹ ਵੀ ਜ਼ਰੂਰੀ ਨਹੀਂ। ਸਿੰਗਰਸ ਦਾ ਇਹ ਦੋਨਾਂ ਨਾਲ ਕੀ ਰਿਸ਼ਤਾ? ਕੁਛ ਕੁਛ ਹਿੱਸਾ ਕਾਮਨ ਹੈ। ਤਾਂ ਫਿਰ ਜੇ ਕੁਛ ਕੁਛ ਹਿੱਸਾ ਕਾਮਨ ਹੈ ਤਾਂ ਮੈਂ ਇੱਥੇ ਦੋਵਾਂ ਨਾਲ ਕੁਛ ਪਰਸੈਂਟੇਜ ਕਾਮਨ ਕਰਤੀ, ਠੀਕ ਹੈ। ਹੁਣ ਆ ਹੋ ਗਿਆ 3 ਨੰਬਰ ਚੱਕਰ। ਇਹ 3 ਨੰਬਰ ਚੱਕਰ ਪਹਿਲੇ ਨਾਲ ਵੀ ਆਹ ਹਿੱਸਾ ਥੋੜਾ ਜਿਹਾ ਕਾਮਨ ਹੋ ਗਿਆ, ਦੂਜੇ ਨਾਲ ਵੀ ਆਹ ਹਿੱਸਾ ਥੋੜਾ ਜਿਹਾ ਕਾਮਨ ਹੋ ਗਿਆ, ਤੇ ਸਾਰਾ ਦਾ ਸਾਰਾ ਚੱਕਰ ਵੀ ਆਪਾਂ ਵਿੱਚ ਨਹੀਂ ਪਾਇਆ। ਤਾਂ ਤੁਸੀਂ ਦੇਖੋ ਆਹ ਜਿਹੜੀ ਵੈਨ ਡਾਇਗ੍ਰਾਮ ਬਣੀ ਹੈ ਇਹ ਹੈਗੀ ਹੈ ਸਮ ਸਮ ਸਮ, ਯਾਨੀ ਕਿ ਤਿੰਨਾਂ ਦਾ ਰਿਸ਼ਤਾ ਕੁਛ ਕੁਛ ਹਿੱਸਾ ਕਾਮਨ ਹੈ, ਸਾਰਾ ਦਾ ਸਾਰਾ ਨਹੀਂ, ਠੀਕ ਹੈ ਜੀ।